ਆਵਾਜਾਈ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਈ ਰਿਕਸ਼ਾ ਚਾਲਕ ਵੱਲੋਂ ਸਕੂਲ ਛੱਡਣ ਲਈ ਬੱਚਿਆਂ ਲਈ ਬਣਾਏ ਆਟੋ ਰਿਕਸ਼ੇ ਤੇ ਅੱਜ ਇੱਕ ਹਾਦਸਾ ਵਾਪਰ ਗਿਆ। ਘਟਨਾ ਹਵੋਰ ਦੀ ਹੈ ਜਿੱਥੇ ਸਕੂਲੀ ਵਿਦਿਆਰਥੀਆਂ ਨੂੰ ਸਕੂਲ ਲੈ ਕੇ ਜਾ ਰਹੇ ਈ ਰਿਕਸ਼ਾ ਅਚਾਨਕ ਪਲਟ ਗਿਆ, ਜਿਸ ਵਿੱਚ ਸਵਾਰ ਬੱਚਿਆਂ ਨੂੰ ਸੱਟਾਂ ਲੱਗੀਆਂ ਤੇ 7 ਬੱਚੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਵੋਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਆਟੋ ਰਿਕਸ਼ਾ ਚਾਲਕ ਦਾ ਕਹਿਣਾ ਹੈ ਕਿ ਆਟੋ ਰਿਕਸ਼ਾ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ, ਜਿਸ ਕਰਕੇ ਆਟੋ ਰਿਕਸ਼ਾ ਪਲਟ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ ਸਵਾਰ ਬੱਚੇ ਉਹ ਸੜਕ 'ਤੇ ਡਿੱਗ ਪਏ ਅਤੇ ਉਹਨਾਂ ਨੂੰ ਸੱਟਾਂ ਲੱਗੀਆਂ ਅਤੇ ਜਿਨ੍ਹਾਂ ਦੇ ਵਿੱਚੋਂ 7 ਬੱਚਿਆਂ ਨੂੰ ਹਵੋਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ। ਉੱਧਰ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ 'ਤੇ ਪਹੁੰਚ ਕੇ ਬੱਚਿਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਅਤੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਈ ਰਿਕਸ਼ਾ ਚਾਲਕ ਨੇ ਆਪਣੇ ਈ ਰਿਕਸ਼ਾ 'ਚ ਜ਼ਿਆਦਾ ਬੱਚਿਆਂ ਨੂੰ ਬਿਠਾਉਣ ਦੇ ਲਈ ਅਲੱਗ ਅਲੱਗ ਸੀਟਾਂ ਲਾਈਆਂ ਹੋਈਆਂ, ਜਿਸ ਕਾਰਨ ਈ ਰਿਕਸ਼ਾ ਪਲਟਿਆ। ਚੋਟਾਂ ਵੀ ਬੱਚੇ ਨੂੰ ਵਜੀਆਂ ਨੇ, ਬੱਚੇ ਛੋਟੇ ਹੈਗੇ ਆ, ਜੇ ਕੁਛ ਹੋ ਜਾਂਦਾ ਕੌਣ ਜ਼ਿੰਮੇਵਾਰ ਸੀ? ਇਹੀ ਸੀਗੇ ਆਟੋ ਵਾਲੇ। ਕੀ ਆਟੋ ਵਾਲੇ ਅੱਗੋਂ ਕੀ ਕਹਿੰਦੇ ਨੇ ਜੀ? ਉਹ ਤਾਂ ਮੰਨਦੇ ਨਹੀਂ ਆਪਦੀ ਗਲਤੀ, ਮੰਨਦੇ ਪਏ ਆਪਦੀ ਗਲਤੀ, ਉਹ ਅੱਗੋਂ ਗੱਲ ਪੈਂਦੇ ਪਏ। ਓਵਰਲੋਡ ਈ ਰਿਕਸ਼ਾ ਚਲਾਉਂਦੇ, ਕੱਲ ਨੂੰ ਬੱਚੇ ਨੂੰ ਕਿਸੇ ਨੂੰ ਕੁਛ ਹੋ ਜਾਂਦਾ, ਕੀ ਜ਼ਿੰਮੇਵਾਰ ਨੇ? ਅੱਜ ਕਿੰਨੇ ਬੱਚੇ ਸੀ ਤੁਹਾਡੇ ਜੀ? 10-15 ਬੱਚੇ ਹੈਗੇ ਨੇ, ਪਹਿਲਾਂ ਇਹਨਾਂ ਦਾ ਟੁੱਟਿਆ ਸੀ, ਸਾਡੇ ਸਾਰੇ 10-15 ਕਰ ਰਹੇ, ਇਹਨਾਂ ਦਾ ਪੂਰਾ ਮੱਕੂ ਬੰਨਾਂਗੇ ਜੇ ਇਹਨਾਂ ਨੇ ਜਿਹੜਾ ਗਲਤ ਕੰਮ ਕੀਤਾ। ਸਕੂਲ ਨਾਲ ਵੀ ਗੱਲ ਕਰਾਂਗੇ। ਪ੍ਰਭਜੋਤ, ਕਿਵੇਂ ਐਕਸੀਡੈਂਟ ਹੋਇਆ? ਤੁਸੀਂ ਵਿੱਚ ਸੀ ਰਿਕਸ਼ਾ ਦੇ? ਅਸੀਂ ਆਟੋ ਦੇ ਵਿੱਚ ਸੀ, ਉਹ ਦੋਲੇ ਨਾ ਇੱਧਰਲੇ ਚੱਕੇ ਨਾ ਨਿਕਲ ਗਏ ਸੀਗੇ, ਇਹਨਾਂ ਦੇ ਰਿਮ ਚੱਜ ਤਰ੍ਹਾਂ ਨਹੀਂ ਪਵਾ ਰੱਖੇ ਸੀ ਅਤੇ ਉਹ ਮੇਰਾ ਹੱਥ ਥੱਲੇ ਆ ਗਿਆ ਇਹਦੇ ਵਿੱਚ। ਅਤੇ ਮਤਲਬ ਕਿੰਨੇ ਕੁ ਬੱਚੇ ਸੀ ਰਿਕਸ਼ਾ ਦੇ ਵਿੱਚ? 15 ਬੱਚੇ ਸੀ, ਆਖਿਰ ਕੀ 6 ਬੱਚੇ ਬਹਿੰਦੇ ਆ ਰਿਕਸ਼ਾ 'ਚ। ਅਤੇ ਤੁਸੀਂ ਕਦੀ ਟੋਕਿਆ ਨਹੀਂ ਉਹਨੂੰ ਬਈ ਇੰਨੇ ਬੱਚੇ? ਅਸੀਂ ਇੰਨੇ ਕਹਿੰਦੇ ਹਾਂ, ਅਸੀਂ ਕਈ ਵਾਰੀ ਤਾਂ ਬੱਚੇ ਗੋਦੀਆਂ 'ਚ ਵੀ ਬਿਠਾ ਕੇ ਲੈ ਕੇ ਜਾਂਦੇ ਹਾਂ। ਤੇ ਅੱਜ ਜਿਹੜਾ ਜਦੋਂ ਵਿਵਹਾਰ ਸੀ, ਉਹ ਜਦੋਂ ਈ ਰਿਕਸ਼ਾ ਵਾਲੇ ਦਾ ਤੁਹਾਡੇ ਰਿਸ਼ਤੇਦਾਰਾਂ ਨਾਲ ਜਾਂ ਆਟੋ ਵਾਲੇ ਨਾਲ ਕਿਵੇਂ ਸੀਗਾ? ਉਹ ਬੰਦੇ ਦਾ ਵਿਵਹਾਰ ਕਿਵੇਂ ਸੀ? ਉਹ ਗਲਤ ਬੋਲਿਆ ਸੀਗਾ? ਹਾਂਜੀ, ਉਹ ਵੀਰੇ ਨੂੰ ਗਲਤ ਬੋਲਿਆ ਸੀ, ਉਹਨੇ ਵੀ ਬੋਲਿਆ ਸੀ। ਠੀਕ ਹੈ ਬੇਟਾ।